ਸੋ ਵਾਹਿਗੁਰੂ ਜੀ ਦੀ ਇੰਨੀ ਸਾਰੀ ਉਹਨਾਂ ਨੂੰ ਕਾਲ ਕਰੀ ਜਾ ਰਿਹਾ ਹੁਣ ਵਾਹਿਗੁਰੂ ਜੀ ਨੇ ਨਾ ਫੋਨ ਕਨੈਕਟ ਕਰਤਾ ਅਸੀਂ ਕਰ ਰਹੇ ਸੀ ਟ੍ਰਿੰਗ 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 ਵਾਹਿਗੁਰੂ ਜੀ ਬਸ ਟ੍ਰਿੰਗ 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 ਹੈ ਨਾ ਜੋ ਸਿਮਰਨ ਕਰ ਰਹੇ ਸੀ ਉਹ ਟ੍ਰਿੰਗ ਟ੍ਰਿੰਗ ਸੀ ਕਾਲ ਲੱਗ ਗਈ ਆ ਹੁਣ ਸਾਹਮਣੇ ਉਹਦੀ ਫੋਨ ਚੁੱਕ ਲਿਆ ਉਹਨਾਂ ਨੇ ਹੁਣ ਉਹ ਕੁਛ ਕਰਵਾਉਣਗੇ ਤੁਹਾਡੇ ਤੋਂ ਸੋ ਐਵਰੀਬਡੀ ਰੈਡੀ ਫੋਰ ਅਨਦਰ ਗੇਮ ਸਟੈਂਡ ਅਪ ਐਵਰੀਬਡੀ ਸਟੈਂਡ ਅਪ ਕਮ ਇਨ ਅ ਸਰਕਲ ਇੱਦਾਂ ਹੀ ਜਿੱਥੇ ਉਹ ਸਰਕਲ ਨੂੰ ਕੰਪਲੀਟ ਕਰ ਲਓ ਕੰਪਲੀਟ ਦਾ ਸਰਕਲ ਆ ਗਏ ਸਰਕਲ ਹੋ ਗਿਆ ਨਾਓ ਇਨ ਦਾ ਸਰਕਲ ਵਾਟ ਯੂ ਆਲ ਹੈਵ ਟੂ ਡੂ ਇਜ਼ ਪਹਿਲੇ ਸਾਰੇ ਬੋਲੋ ਵਾਹਿਗੁਰੂ 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 ਨਾਓ ਲਿਸਨ ਵਾਟ ਯੂ ਆਲ ਹੈਵ ਟੂ ਡੂ ਕਰਨਾ ਕੀ ਹੈ ਮੈਂ ਨਾ ਕੁਝ ਚੀਜ਼ਾਂ ਕਵਾਂਗਾ ਤੁਹਾਨੂੰ ਕਰਨ ਨੂੰ ਕਰੀਏ ਇੱਕ ਵਾਰੀ ਮੈਂ ਕਹਿੰਦਾ ਲਾਈਕ ਜੰਪ ਰੇਜ਼ ਯੋਰ ਰਾਈਟ ਹੈਂਡ ਹੁਣ ਤੁਹਾਨੂੰ ਕਰਨਾ ਕੀ ਹੈ ਇਹੀ ਸਭ ਕੁਛ ਕਰਨਾ ਪਰ ਮੈਂ ਕਦੇ ਕਵਾਂਗਾ ਵਾਹਿਗੁਰੂ ਸੇਜ਼ ਕਦੇ ਮੈਂ ਨਹੀਂ ਕਵਾਂਗਾ ਵਾਹਿਗੁਰੂ ਸੇਜ਼ ਅਤੇ ਜਦ ਮੈਂ ਵਾਹਿਗੁਰੂ ਸੇਜ਼ ਕਹਿ ਰਿਹਾ ਤਦ ਕਰਨਾ ਜਦ ਮੈਂ ਨਹੀਂ ਕਹਿ ਰਿਹਾ ਨਹੀਂ ਕਰਨਾ ਵੈਰੀ ਸਿੰਪਲ ਗੇਮ ਕੁਛ ਕੰਪਲੈਕਸਿਟੀ ਹੈ ਸਮਝ ਆ ਗਈ ਕਰੀਏ ਰੈਡੀ ਆਰ ਯੂ ਰੈਡੀ ਵੈਰੀ ਗੁੱਡ ਚਲੋ ਵਾਹਿਗੁਰੂ ਸੇਜ਼ ਜੰਪ ਵਾਹਿਗੁਰੂ ਸੇਜ਼ ਕੀਪ ਔਨ ਜੰਪਿੰਗ ਸਟਾਪ ਹੋਣਾ ਸੀ ਵਾਹਿਗੁਰੂ ਸੇਜ਼ ਕੀਪ ਔਨ ਜੰਪਿੰਗ ਵਾਹਿਗੁਰੂ ਸੇਜ਼ ਸਟਾਪ ਵਾਹਿਗੁਰੂ ਸੇਜ਼ ਸਿਟ ਸਟੈਂਡ ਅਪ ਨਹੀਂ ਨਹੀਂ ਹੋਣਾ ਸੀ ਕਿਉਂਕਿ ਮੈਂ ਤਾਂ ਬੋਲਿਆ ਹੀ ਨਹੀਂ ਵਾਹਿਗੁਰੂ ਸੇਜ਼ ਵਾਹਿਗੁਰੂ ਸੇਜ਼ ਸਟੈਂਡ ਵਾਹਿਗੁਰੂ ਸੇਜ਼ ਹੋਪ ਔਨ ਯੋਰ ਰਾਈਟ ਲੈਗ ਵਾਹਿਗੁਰੂ ਸੇਜ਼ ਕੀਪ ਹੋਪਿੰਗ ਔਨ ਯੋਰ ਰਾਈਟ ਲੈਗ ਸਟੋਪ ਨਹੀਂ ਕਰੀ ਜਾਣਾ ਹੈ ਵਾਹਿਗੁਰੂ ਸੇਜ਼ ਸਟੋਪ ਵਾਹਿਗੁਰੂ ਸੇਜ਼ ਕਲੈਪ ਯੋਰ ਹੈਂਡਸ ਸਟੋਪ Vaheguru says, roll your hands. Keep rolling. Keep rolling. Stop. Dekhya, galbad ho gayi. Vaheguru says, stop. They stop karna hai. Vaheguru says, pat your cheeks. Vaheguru says, stop. Vaheguru says, rub your hands. Keep rubbing your hands, it's very cold. You'll really feel warm. Vaheguru says, keep rubbing your hands. Stop! Vaheguru says, stop. And we stop. And Vaheguru says, sit down. So now, sabne game kheli? Yes. Kis kis nu game khelde hassi aa rahi si? Like they were enjoying. It was very funny. Maza aa reha si? So what we have to do in this game? Mainu eh dasso. Karna ki si is game vich? Ki karna si is game vich? Ki sanu suppose aap ji Vaheguru kare Vaheguru says kuch keh rahe si. Te Vaheguru says clap your hands. Te assi clap karde si. Agar aap ji Vaheguru nahi bolde si te assi karde rehnde si. Te jive like Vaheguru ji is giving some orders. Okay. So we have to listen to the orders of Vaheguru ji according to this game. Agar game nu jitna hai, ki kar diye fir? Ki kariye? We have to listen carefully and what Vaheguru ji is saying we have to do. Achha, hun ek keh rahe hai ki we have to listen to whatever Vaheguru ji is saying and we have to do that. In the game or outside the game as well? ਕੌਣ ਕਹਿ ਰਿਹਾ ਸਿਰਫ ਇਨ ਦਾ ਗੇਮ ਲਾਈਕ ਓਨਲੀ ਇਨ ਦਾ ਗੇਮ ਅੱਛਾ ਕੌਣ ਕਹਿ ਰਿਹਾ ਬਾਹਰ ਵੀ ਕਰਨਾ ਪਏਗਾ ਅੱਛਾ ਮਤਲਬ ਹਮੇਸ਼ਾ ਵਾਹਿਗੁਰੂ ਜੀ ਦੀ ਸੁਣਨੀ ਹੈ ਸ਼ੋਰ
ਫਿਰ ਵਾਹਿਗੁਰੂ ਜੀ ਕੀ ਕੀ ਕਹਿੰਦੇ ਹੋਣਗੇ ਕਰਨ ਨੂੰ? ਵਟ ਵਾਹਿਗੁਰੂ ਸੇਜ਼, ਕੈਨ ਯੂ ਟੈਲ ਮੀ ਕੀ ਕਹਿੰਦੇ ਹੋਣਗੇ ਵਾਹਿਗੁਰੂ ਜੀ ਕਰਨ ਨੂੰ? ਸਿਮਰਨ ਐਂਡ ਸੇਵਾ। ਹਾਂ, ਹੁਣੇ ਹੀ ਸਿੱਖਿਆ ਸੀ ਵਾਹਿਗੁਰੂ ਜੀ ਨੇ, ਸਿੰਪਲ ਦੋ ਚੀਜ਼ਾਂ ਕਹਿਤੀਆਂ ਕਰਨ ਨੂੰ, ਸੇਵਾ ਕਰੋ, ਸਿਮਰਨ ਕਰੋ। ਹੋਰ ਕੀ ਕਹਿੰਦੇ ਵਾਹਿਗੁਰੂ ਜੀ? ਆਪਣੀ ਮੰਮਾ ਦੀ ਬਾਤ ਮਾਨੋ। ਅੱਛਾ, ਸੋ ਮੰਮਾ ਜੋ ਕਹਿ ਰਹੇ ਹੈ ਉਹ ਸੁਣੋ, ਐਂਡ ਫਿਰ ਉਹਨਾਂ ਨਾਲ ਡਿਸਕਸ ਕਰੋ, ਐਂਡ ਦੈਨ ਦੇਖਦੇ ਹਾਂ ਕਿ ਉਹ ਜੋ ਕਹਿ ਰਹੇ ਉਹ ਕਰਨਾ ਕਿੰਨਾ ਜ਼ਰੂਰੀ ਹੈ, ਸਾਨੂੰ ਕਰਨਾ ਚਾਹੀਦਾ ਹੈ ਨਾ। ਹੋਰ ਕੀ ਕਹਿੰਦੇ ਆ ਵਾਹਿਗੁਰੂ ਜੀ? ਫੋਲੋਇੰਗ ਦ ਰਾਈਟ ਪਾਥ। ਹਾਂ, ਰਾਈਟ ਪਾਥ ਫੋਲੋ ਕਰਨਾ ਪਏਗਾ। ਵੇਅਰ ਐਵਰ ਆਈ ਹੈਵ ਟੂ ਚੂਜ਼, ਆਈ ਹੈਵ ਟੂ ਆਪਸ਼ਨਸ, ਈਦਰ ਦ ਰਾਈਟ ਵਨ ਔਰ ਦ ਰੋਂਗ ਵਨ। ਹਾਂਜੀ, ਪਾਠ ਐਂਡ ਕੀਰਤਨ। ਓ ਹਾਂ, ਵਾਹਿਗੁਰੂ ਜੀ ਐਵੀ ਤਾਂ ਕਹਿੰਦੇ ਆ, ਜਦ ਅਸੀਂ ਰਿਮੈਂਬਰ ਕਰਨਾ ਵਾਹਿਗੁਰੂ ਜੀ ਨੂੰ, ਵੀ ਹੈਵ ਟੂ ਡੂ ਸਮ ਪਾਠ ਐਂਡ ਵੀ ਹੈਵ ਟੂ ਡੂ ਕੀਰਤਨ। ਹੁਣ ਇੱਕ ਹੋਰ ਗੱਲ ਦੱਸੋ, ਇਹ ਤਾਂ ਹੋ ਗਿਆ ਵਾਹਿਗੁਰੂ ਸੇਜ਼, ਕਿਹੜੀ ਚੀਜ਼ਾਂ ਨੇ ਜੋ ਵਾਹਿਗੁਰੂ ਨੇਵਰ ਸੇਜ਼, ਕੋਈ ਇੱਦਾਂ ਦੀਆਂ ਚੀਜ਼ਾਂ? ਹਾਂਜੀ, ਵਾਹਿਗੁਰੂ ਸੇਜ਼ ਦੈਟ ਨੇਵਰ ਫਾਈਟ ਔਰ ਹੇਟ ਐਨੀਵਨ। ਵਾਹਿਗੁਰੂ ਵਿਲ ਨੇਵਰ ਸੇਜ਼ ਗੋ ਐਂਡ ਯੂ ਨੋ ਬੀਟ ਦੈਟ ਪਰਸਨ। ਹੋਰ ਮੰਮਾ ਨੂੰ ਮੰਮਾ ਦੀ ਗੱਲ ਨਹੀਂ ਬਣਨੀ ਚਾਹੀਦੀ। ਅੱਛਾ, ਇਹ ਵੀ ਨਹੀਂ ਕਹਿੰਦੇ ਵਾਹਿਗੁਰੂ ਜੀ? ਹੋਰ ਕੀ ਨਹੀਂ ਕਹਿੰਦੇ? ਹੋਰ ਕੀ ਨਹੀਂ ਕਹਿੰਦੇ? ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ, ਟੂ ਬੀ ਓਨੈਸਟ, ਸੱਚੇ ਰਹਿਣਾ। ਹੋਰ ਕੀ ਕਹਿੰਦੇ ਵਾਹਿਗੁਰੂ ਜੀ? ਹੋਰ ਕੀ ਕਹਿੰਦੇ? ਕੌਣ ਰਹਿ ਗਿਆ ਜਿਹਨੇ ਹਲੇ ਤੱਕ ਨਹੀਂ ਬੋਲਿਆ? ਜੋ ਨਹੀਂ ਬੋਲਿਆ ਉਹਨੂੰ ਚਾਂਸ ਮਿਲੇਗਾ। ਹਾਂਜੀ, ਕਿ ਵਾਹਿਗੁਰੂ ਜੀ ਸੇਜ਼ ਕਿ ਸਾਨੂੰ ਕਦੀ ਵੀ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕਰਨੀ ਚਾਹੀਦੀ। ਵਾਹਿਗੁਰੂ ਸੇਜ਼ ਵੀ ਹੈਵ ਟੂ ਬੀ ਇੰਪਾਰਸ਼ਲ, ਸਾਨੂੰ ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕਰਨੀ ਕਿ ਇਹ ਮੇਰਾ ਫਰੈਂਡ ਹੈ, ਮੇਰਾ ਬਰਥਡੇ ਹੈ ਤਾਂ ਮੈਂ 5 ਚੋਕਲੇਟਸ ਇਸਕੋ ਦੇ ਦੂੰ, ਔਰ ਉਹ ਮੇਰਾ ਫਰੈਂਡ ਨਹੀਂ ਹੈ ਪਰ ਮੇਰਾ ਕਲਾਸਮੇਟ ਹੈ, ਉਸਕੋ ਮੈਂ 1 ਚੋਕਲੇਟ ਦੂੰਗਾ, ਹੈ ਨਾ? ਜਦ ਅਸੀਂ ਇਕੁਆਲਿਟੀ ਫੋਲੋ ਨਹੀਂ ਕਰ ਰਹੇ ਤਾਂ ਵਾਹਿਗੁਰੂ ਜੀ ਨੇ ਸਾਨੂੰ ਕਦੇ ਨਹੀਂ ਕਿਹਾ ਕਿ ਇਕੁਆਲਿਟੀ ਫੋਲੋ ਨਹੀਂ ਕਰਨੀ। ਵੀ ਹੈਵ ਟੂ ਟ੍ਰੀਟ ਐਵਰੀਬਡੀ ਇਕੁਅਲ, ਠੀਕ ਹੈ?